ਕੈਨੇਡਾ ਵਿੱਚ ਮਾਪਿਆਂ ਦਾਦਕਿਆਂ ਅਤੇ ਨਾਨਕਿਆਂ ਨੂੰ ਸੱਦਣ ਦੇ ਲਈ ਆਨਲਾਈਨ ਵੈਬ ਫਾਰਮ ਸਿਸਟਮ ਖੋਲ ਦਿੱਤਾ ਗਿਆ ਹੈ। 3 ਜਨਵਰੀ 2017 ਤੋਂ ਮਾਪਿਆਂ ਦਾਦਕਿਆਂ ਅਤੇ ਨਾਨਕਿਆਂ ਨੂੰ ਸਪਾਂਸਰ ਕਰਨ ਦੇ ਲਈ ਆਨਲਾਈਨ ਫਾਰਮ ਭਰੇ ਜਾ ਸਕਦੇ ਨੇ। ਇਹ ਵੈਬ ਫਾਰਮ ਸਿਸਟਮ 30 ਦਿਨਾਂ ਤੱਕ ਯਾਨੀ ਕਿ 2 ਫਰਵਰੀ 2017 ਤੋਂ ਖੁੱਲ੍ਹਾ ਰਹੇਗਾ। ਇਸ ਤੋਂ ਬਾਅਦ ਲੋਟਰੀ ਸਿਸਟਮ ਰਾਹੀਂ ਡਰਾਅ ਕੱਢਿਆ ਜਾਏਗਾ ਅਤੇ ਚੁਣੇ ਗਏ 10,000 ਬਿਨੈਕਾਰਾਂ ਨੂੰ ਅਪਲਾਈ ਕਰਨ ਦੇ ਲਈ ਸੱਦਾ ਭੇਜਿਆ ਜਾਏਗਾ। ਪਰ ਇੱਥੇ ਕਈ ਲੋਕਾਂ ਵਿੱਚ ਇਸ ਸਿਸਟਮ ਨੂੰ ਲੈ ਕੇ ਨਾਰਾਜ਼ਗੀ ਵੀ ਹੈ। ਉਹਨਾਂ ਮੁਤਾਬਕ ਉਹਨਾਂ ਨੇ ਪਹਿਲੇ ਸਿਸਟਮ ਦੇ ਤਹਿਤ ਅਪਲਾਈ ਕੀਤਾ ਸੀ ਤਾਂ ਕਿ ਉਹਨਾਂ ਨੂੰ ਫਸਟ ਕਮ ਫਸਟ ਸਰਵ ਦੇ ਤਹਿਤ ਤਰਜੀਹ ਮਿਲ ਸਕੇ। ਪਰ ਨਵੇਂ ਸਿਸਟਮ ਵਿੱਚ ਲੋਟਰੀ ਪ੍ਰਕਿਰਿਆ ਸ਼ੁਰੂ ਹੋਣ ਦਾ ਮਤਲਬ ਇਹ ਹੈ ਕਿ ਹੁਣ ਉਹਨਾਂ ਦੀ ਪਹਿਲਾਂ ਕੀਤੀ ਗਈ ਸਾਰੀ ਮਿਹਨਤ ਬੇਕਾਰ ਗਈ ਆ ਅਤੇ ਮੁੜ ਤੋਂ ਉਹਨਾਂ ਨੂੰ ਲੋਟਰੀ ਸਿਸਟਮ ਦੇ ਵਿੱਚ ਕਿਸਮਤ ਅਜ਼ਮਾਉਣੀ ਪਏਗੀ।